ਉਹਨਾਂ ਨੂੰ ਫਿਰ ਪੰਜ ਨਾਮ ਸਿਮਰਨ ਦੀ ਜ਼ਰੂਰਤ ਨਹੀਂ ਹੁੰਦੀ। ਉਹਨਾਂ ਨੂੰ ਧਿਆਨ ਦੇ ਵਿੱਚ ਬੈਠ ਜਾਣ ਔਰ ਥੋੜ੍ਹੀ ਦੇਰ ਦੇ ਬਾਅਦ ਸ਼ਬਦ ਜਦ ਪ੍ਰਗਟ ਹੋ ਜਾਏ ਤੁਹਾਡੇ ਅੱਗੇ ਉਸੇ ਦਾ ਧਿਆਨ ਕਰੋ ਔਰ ਉਸੇ ਨੂੰ ਸਿਮਰੋ ਔਰ ਸਤਿਗੁਰ ਨੂੰ ਪਹਿਲਾਂ ਮਸਤਕ ਟੇਕੋ ਆਪਣੇ ਸਤਿਗੁਰ ਦੇ ਚਰਨਾਂ ਵਿੱਚ ਮਾਨਸਿਕ ਤੌਰ ਤੇ ਫਿਰ ਸ਼ੁਰੂ ਹੋ ਸਤਪੁਰਸ਼ ਦੇ ਚਰਨ ਉੱਤੇ ਮਸਤਕ ਟੇਕੋ ਔਰ ਸਤਿਗੁਰ ਦਾ ਧਿਆਨ ਕਰੋ ਔਰ ਸ਼ਬਦ ਨੂੰ ਸੁਣੋ। ਇਹੀ ਸੱਚਾ ਨਾਮ ਹੈ, ਇਸਨੂੰ ਹੀ ਪ੍ਰਮਖ ਤੱਤ ਕਹਿੰਦੇ ਨੇ ਔਰ ਇਹੀ ਮੁਕਤੀ ਦਾ ਮਾਰਗ ਹੈ। ਸਤਿਗੁਰੂ ਦਾ ਧਿਆਨ, ਸਤਿਗੁਰੂ ਦਾ ਸ਼ਬਦ ਸੁਣੋ, ਅੰਦਰ ਜਿਹੜੀ ਆਵਾਜ਼ ਹੋ ਰਹੀ ਹੈ, ਜਿਤਨੇ ਵੀ ਸਤਿਗੁਰੂ ਚ ਬੈਠੋਗੇ ਉਤਨੀ ਹੀ ਅੰਦਰ ਦੀ ਆਵਾਜ਼ ਬੜੀ ਸਪਸ਼ਟ, ਨਿਰਮਲ ਔਰ ਖਿਚਾਵ ਵਾਲੀ ਹੋਏਗੀ ਔਰ ਖਿੱਚ ਪੈਂਦੀ ਹੈ ਬੰਦਾ। ਇਹੀ ਬੇ ਕਰਦਾ ਵੀ ਬੰਦਾ ਬੈਠਾ ਹੈ ਔਰ ਇਸ ਆਨੰਦ ਦੀ ਮਹਿਮਾ ਵੇਦ ਕਿਤੇ ਵੀ ਨਹੀਂ ਗਾ ਸਕਦੇ, ਕਿਉਂਕਿ ਵੇਦ ਕਿਤੇ ਤੇ ਤ੍ਰਿਕੁਟੀ ਦੀ ਰਚਨਾ ਨੇ ਔਰ ਉਹ ਸ਼ਬਦ ਆ ਰਹੇ ਸੱਚਖੰਡ ਤੋਂ, ਇਸ ਦੀ ਮਹਿਮਾ ਉਹ ਵੀ ਨਹੀਂ ਗਾ ਸਕਦੇ। ਵੇਦ ਕਿਤੇ ਪਾਰ ਨਹੀਂ ਪਾਓ ਕਹਿ ਸੁਣਨ ਸੇ ਮਾਣਾ, ਉਹ ਨਾ ਕੋਈ ਕਹਿ ਸਕਦਾ ਤੇ ਨਾ ਹੀ ਕਿਸੇ ਨੇ ਸੁਣਿਆ, ਜੇ ਸੁਣਿਆ ਤੇ ਦੱਸ ਨਹੀਂ ਸਕਦਾ ਵੀ ਉਹਦੀ ਆਵਾਜ਼ ਕੈਸੀ ਹੈ, ਕਿਉਂਕਿ ਉਹਦੀ ਆਵਾਜ਼ ਮੈਗਨੈਟਿਕ, ਜਿਸ ਤਰ੍ਹਾਂ ਮੈਗਨੈਟ ਹੁੰਦਾ ਨਾ, ਐਸੀ ਖਿੱਚ ਵਾਲੀ ਆਵਾਜ਼ ਹੈ। ਜੇ ਐਸਾ ਹੀ ਸਦਾ ਰਸ ਆਉਂਦਾ ਰਹੇ ਤੇ ਜੀਵ ਮਰਖਾ ਆਪਣੀ ਸਮਾਧੀ ਨਹੀਂ ਖੋਲੇਗਾ। ਇਸੇ ਕਰਕੇ ਇਤਨੇ ਇਤਨੇ ਬੜੇ ਬੜੇ ਤਪਸਵੀ ਜਿਹੜੇ ਸ਼ਬਦ ਦੇ ਦਿੱਤੇ ਸੀ ਉਹਨਾਂ ਨੇ ਏਕਾਂਤ ਹੀ ਜਾ ਕੇ ਪ੍ਰਦਾਨ ਕੀਤਾ ਹੈ। ਲੇਕਿਨ ਏਕਾਂਤ ਦਾ ਮਤਲਬ ਇਹ ਨਹੀਂ ਵੀ ਉਹ ਸੰਸਾਰ ਨੂੰ ਛੱਡੇ ਬੈਠੇ ਸੀ, ਜਿਹੜਾ ਸੰਸਾਰ ਹੀ ਰਹਿੰਦਾ ਜੇ ਸ਼ਹਿਰ ਵਿੱਚ ਉਹ ਕਮਰੇ ਵਿੱਚ ਹੁੰਦੇ ਗਏ ਏਕਾਂਤ, ਜਿਹਨੇ ਘਰ ਬਾਰ ਛੱਡ ਕੇ ਤੇ ਉਧਰ ਚਲਾ ਗਿਆ ਤੀਰਥਾਂ ਵਿੱਚ ਤੇ ਉਹਦੇ ਉੱਪਰ ਪਹਾੜਾਂ ਵਿੱਚ, ਉਹਦੇ ਵਾਸਤੇ ਏਕਾਂਤ ਹੋਣੀ। ਵੈਸੇ ਤੇ ਏਕਾਂਤ ਕਿੱਥੇ, ਜੇ ਮਨ ਏਕਾਂਤ ਹੈ ਤੁਹਾਡਾ, ਜੇ ਮਨ ਦੇ ਰਾਗੀ ਹੈ ਤੇ ਕਿਧਰੇ ਜਾਣ ਦੀ ਜ਼ਰੂਰਤ ਨਹੀਂ। ਮਨ ਦੇ ਰਾਗੀ ਨਾ ਕਰੋ, ਤਨ ਮਰਾਗੀ ਨਾ ਕਰੋ, ਮਨ ਹੱਥ ਨਾ ਆਏ, ਖੁਸ਼ੀ ਮੋਹਨੀ ਨਾਲ ਕੋ ਮੁੱਖ ਬਿਰਹਾ ਸੁਣਦਾ ਹੈ। ਜਿਸ ਤਰ੍ਹਾਂ ਇੱਕ ਪਤੀ ਹੈ, ਅਗਰ ਉਹ ਪਰਦੇਸ ਚਲਾ ਗਿਆ ਹੈ, ਔਰਤ ਨੂੰ ਹਿੰਦੁਸਤਾਨ ਨੂੰ ਛੱਡ ਗਿਆ ਹੈ, ਕਮਾਈ ਕਰਨ ਚਲਾ ਗਿਆ ਹੈ, ਉਸ ਔਰਤ ਦਾ ਦਿਲ ਨਹੀਂ ਕਰਦਾ ਵੀ ਮੈਂ ਹਾਰ ਸ਼ਿੰਗਾਰ ਕਰਾਂ, ਮੈਂ ਸੋਹਣੇ ਕੱਪੜੇ ਪਾਵਾਂ, ਕਿਉਂਕਿ ਉਹਦੇ ਦਿਲ ਨੂੰ ਹਰ ਵੇਲੇ ਆਪਣੇ ਪਤੀ ਦਾ ਬੈਰਾਗ ਹੈ। ਇਸ ਤਰ੍ਹਾਂ ਹੀ ਉਸ ਮਨ ਨੂੰ ਬੈਰਾਗੀ ਕਰੋ, ਤਨ ਨੂੰ ਬੈਰਾਗੀ ਨਾ ਕਰੋ। ਮਨ ਬੈਰਾਗੀ ਜੇ ਕਰੋਗੇ ਤੇ ਮਾਲਕ ਵੀ ਤੁਹਾਡੇ ਹੱਥ ਚ ਆ ਜਾਏਗਾ, ਕਿਉਂਕਿ ਸਤਿਗੁਰੂ ਦੀ ਕਿਰਪਾ ਦੇ ਨਾਲ ਸਭ ਕੁਛ ਹੋ ਸਕਦਾ ਹੈ। ਲੇਕਿਨ ਤਨ ਬੈਰਾਗੀ ਕਰੋਗੇ ਤੇ ਕੋਈ ਫਾਇਦਾ ਨਹੀਂ। ਤਨ ਬੈਰਾਗੀ ਮਾਲਾ ਪਾ ਲਓ, ਕੱਪੜੇ ਪਾ ਲਓ, ਕਮੰਡਰ ਫੜ ਲਿਆ, ਇਹ ਕਰ ਲਿਆ, ਉਹ ਕਰ ਲਿਆ, ਲੇਕਿਨ ਮਨ ਤੇ ਫਸਿਆ ਦੁਨੀਆਦਾਰੀ ਚ, ਤੇ ਫਿਰ ਤੁਸੀਂ ਬੈਰਾਗੀ ਕਿੱਥੋਂ? ਤੁਸੀਂ ਬੈਰਾਗੀ ਪਾ ਦੋ ਕਿ ਘਰ ਬੈਠੋ, ਦੁਨੀਆਦਾਰੀ ਵੀ ਕਰ ਰਹੇ, ਦੁਕਾਨ ਵੀ ਚਲਾ ਰਹੇ ਹੋ, ਲੇਕਿਨ ਮਨ ਫਿਰ ਵੀ ਉਦਾਸ ਹੈ ਉਸ ਨਾਮ ਦੇ ਚਿੰਤਨ ਵਿੱਚ, ਉਸ ਸਤਿਗੁਰ ਦੀ ਯਾਦ ਵਿੱਚ, ਉਹ ਬੈਰਾਗੀ ਆ। ਕਾਹੀ ਕਬੀਰ ਇਹ ਸਾਚੋ ਖੇਲ, ਫੂਲ ਤੇਲ ਮਿਲ ਭਾਇਓ ਫਲੇਲ। ਸਾਹਿਬ ਜੀ ਕਹਿੰਦੇ ਨੇ ਜੋ ਵੀ ਸਤਸੰਗ ਮੈਂ ਤੁਹਾਨੂੰ ਲਿਖਿਆ ਬਾਣੀ ਜੀ ਨੇ ਕੀਤਾ ਹੈ, ਇਹ ਸੱਚਾ ਖੇਲ ਹੈ, ਇਹ ਸੱਚਾ ਸਤਸੰਗ ਹੈ, ਕਿਉਂਕਿ ਅੰਦਰ ਦਾ ਸਤਸੰਗ ਹੈ। ਤੇਲ ਔਰ ਫੁੱਲ, ਫੁੱਲ ਜਿਹੜਾ ਹੈ ਉਹ ਮਿਲ ਕੇ ਫਲੇਲ ਬਣ ਜਾਂਦਾ ਹੈ। ਸਤਿਗੁਰੂ ਔਰ ਸੇਵਕ ਮਿਲ ਜਾਣ, ਇੱਕ ਮੁੱਖ ਹੋ ਜਾਣ ਤੇ ਉਹ ਫਲੇਲ ਬਣ ਜਾਂਦਾ। ਜਿਸ ਤਰ੍ਹਾਂ ਫਲੇਲ ਕਿਹਨੂੰ ਕਹਿੰਦੇ ਹਨ, ਜਿਵੇਂ ਤੇਲ ਹੈ ਉਸਦੇ ਵਿੱਚ ਫੁੱਲ ਵੀ ਪਾ ਦਿਓ ਔਰ ਉਬਾਲੀ ਆਵੇ ਔਰ ਉਸਦੇ ਵਿੱਚੋਂ ਪਸੀਨਾ ਜਿਹੜਾ ਨਿਕਲਦਾ ਪਾਠ ਨਿਕਲ ਦਈਏ, ਉਹ ਅਲੱਗ ਪਾਈ ਜਾਏ ਸ਼ੀਸ਼ੀ ਚ, ਉਹ ਫਲੇਲ ਬਣ ਜਾਂਦਾ। ਇਹ ਮਾਰਗ ਜਿਹੜਾ ਹੈ, ਜਿਹੜੇ ਜੀਵ ਮਹਾਰਾਜ ਜੀ ਕੋਲ ਹਰ ਵੇਲੇ ਰਹਿੰਦੇ ਨੇ, ਜੋ ਉਹ ਜਾਣ ਸਕਦੇ ਨੇ ਨਾ ਚੀਜ਼ਾਂ, ਜਿਹੜਾ ਇਹ ਪੰਜਾਂ ਦਿਨਾਂ ਦਾ ਸਤਸੰਗ ਸੁਣਿਆ ਚਲੇ ਗਏ, ਉਹ ਪੇੜ ਉਹਨਾਂ ਨੂੰ ਇਸ ਗੱਲਾਂ ਦੇ ਨਹੀਂ ਪਤਾ ਲੱਗਦੇ। ਇਹ ਜਿਉਂਦੇ ਮਰਨ ਵਾਲਾ ਮਾਰਗ ਹੈ, ਇਹ ਮਾਰਗ ਨਹੀਂ ਆਇਆ ਬਸ ਸਤਸੰਗ ਸੁਣਿਆ ਤੇ ਬਸ ਚਲੋ ਜੀ ਤੁਹਾਡੀ ਸੇਵਾ ਕੀਤੀ ਚਲੋ। ਇਸ ਮਾਰਗ ਦੇ ਵਿੱਚ ਜਿੰਨੇ ਵੀ ਜਿਹੜੇ ਕਲੋਜ਼ ਲੋਕ ਰਹਿੰਦੇ ਨੇ ਉਹਨਾਂ ਦੇ ਕੋਲ, ਉਹਨਾਂ ਤੇ ਸਤਿਗੁਰੂ ਬੜੀ ਕਿਰਪਾ ਕਰਦਾ ਹੈ, ਬਹੁਤ ਦਇਆ ਕਰਦਾ, ਕਾਰ ਮਾਰ ਵੀ ਕਰਦਾ, ਕ੍ਰੋਧ ਵੀ ਕਰਦਾ, ਜਿੱਥੇ ਜਿੱਥੇ
सतगुरु को पता लगता है कि कल फलाने जी में होता है, वो नहीं फड़के सारे बंदे सामने फड़क रहे बचेंगे ताकि अहंकार टूटे। तो मैं तो बड़ा काम कर, मैं तो मेरा ही निकोल, मैं तो मारा ही निकोल बैठता बैठ गया उसे अहंकार, क्योंकि एक सतगुरु सिंह मुसलमान फकीर एक सी गरीब नवाज थे, एक से दूसरा कोई, उन्होंने फरीद साहब जी की बड़ी तारीफ की थी कि बड़ा अच्छा है, बहुत अच्छा है, बड़ी पत्ती बनता है, बड़ी सतगुरु सेवा करता। तो उन्होंने किया कि भाई वो सेवा करता ही वो निकलना कोई नहीं, आंदा बह जाता थोड़ी देर से खा लेंदा मेरा बाफे चले जाता, इस तरह क्या फरीद साहब ठीक होकर पीछे चलेंगे। जो दोस्त से दूसरे तुम अंज क्यों किया कि मैंने ये लोग बेड़ा करे खो जाने से तुम ऐसी गल कहती तो वो अंदर तो हंकार आ जाने। सतपुरुष नहीं चाहते कि जीव के अंदर हंकार आए कोई भी गल का, क्योंकि उसके नाल जीव का बड़ा भारी नुकसान हो जाता है इबादत के बंदगी के। हाँ चल अगले पर दुगना मूल तो बिकता है जरा उदा फ्लोर बनता है। सतगुरु सोई दया कर दीना ताते आने चिन्हार न चिन्हा। सब पुरुष कहेंगे भी सतगुरु मेरे महाराज के कबीर साहब कहेंगे भाई सतगुरु यही है जिसे गुरु नानक साहब जी कहने घट में घट दिखाए दे, घर में घर दिखाए दे, उसे सतगुरु पुरख सुना तन शब्द हंकार गुण पहना दे शब्द निशान। कबीर साहब ये कहने भी सतगुरु वो है जोड़ा तेरे शरीर के बीच ही तेन अंदर उस मालिक में बैठे दिखाए मिले, उसकी आवाज भी सुन तू और उसका नृत्य भी जाग जाती है, सुरत भी जाग जाती उस जीव की। अंतरीफ शक्तियां जड़िया ने जिन्हें जागृत कर दे अंदर अखा दे कन्न दे सच्चा सतपुरुष है। हम बिन पग चलना बिन पर उड़ना बिना चोंच चुगना। रस्ता मेडिटेशन का उसे पैरों नाल नहीं टूट के जाना, दूसरा की पग और बिन पग चलना बिन पर उड़ना उड़ना। जिसने आत्मा बनते उस मालिक की दया होती सतगुरु की वो उल्टे जाता है जिथे शब्द हो रहा होंगे उस सुनता है, उसे कन्ना की जरूरत नहीं है ना ही पैरों की जरूरत है। उसे बिन पग चले तो सुनत बिन काना कर बिन करम करत विधि नाना आनंद बिन सभी रस भोगी बिन वाणी बत्ता बन जोगी काल कही मैं नाम बराई राम ना सके नाम बिन भाई राम नहीं उसकी महिमा नहीं गा सकता। जोड़ा कि सब पुरुषों ने सू अंदर हथा पैरा जिन स्वाद किसी चीज की उसे जरूरत नहीं, उसे तो सिद्ध बिना तरह के उपर चढ़ना है और प्यार और जमीन अंदर भी एक सुनने की शक्ति है सुर उस पर उस मालिक के परिवार ला जाना है। लेकिन हाथ तो सतगुरु का फल के चले, मतलब सतगुरु ने ना रखी अपने ध्यान फिर तो तू उ पहुंच जाएगा। मौलाना रूम भी कहना देखी कला कोशिश ना करें उठे जान दी, रस्ते च बुनिया दरारा ने बुनिया खाइया ने बड़े काल के मुकाबले ने, लेकिन जो तू सतगुरु का हाथ फड़ के चलेगा तो तेन सब कुछ मिल जाए, उन्हें दर्शन होंगे हर चीज। बिना मैंने का देखने देखने वो अखना तो देखते नहीं अंदर, असि अंदर शिव नेत्र तीसरे नेत्र ना असि उसमें देखते हैं। बिन सारे वन का सुनना तो नहीं सुनते, तो